ਠੀਕ ਹੈ ਜੀ। ਮਤਲਬ ਹੁਣ ਅੱਜ ਹੈਗੀ ਹੈ, ਅੱਜ ਕਿੰਨੀ ਤਰੀਕ ਹੈ? 8 ਤਰੀਕ। 8 ਤਰੀਕ ਆ ਜੀ, ਤੇ ਈਵੈਂਟ ਹੈਗਾ 21-22 ਦਾ। ਮਤਲਬ ਆਹ 2 ਹਫ਼ਤਿਆਂ 'ਚ ਆਹ ਸਾਰੀ ਜਗ੍ਹਾ ਦਾ ਰੇਸ ਟਰੈਕ ਬਣਨਾ। ਕੱਲ੍ਹ ਤੋਂ ਲੱਗ ਰਹੀ ਹੈ ਜੇਸੀਬੀ ਫਿਰ? ਹਾਂ ਜੀ, ਸਵੇਰੇ ਮਾਰਨਿੰਗ ਤੋਂ ਸ਼ੁਰੂ ਹੋ ਜਾਊ, ਬਿਕੋਜ਼ ਸੰਡੇ ਆ, ਦਿਨ ਵੀ ਠੀਕ ਹੈ। ਹਾਂ, ਮੌਸਮ ਠੀਕ ਰਹੇ ਹੈ ਨਾ? ਵੇ ਮੌਸਮ ਤਾਂ ਠੀਕ ਰਹੂਗਾ, ਬਿਕੋਜ਼ ਜਿਹੜੀ ਇਹਦੀ ਮੌਸਮ ਨਾਲ ਬਾਹਲਾ ਕੋਈ ਡਰਟ ਨੂੰ ਫਰਕ ਵੀ ਨਹੀਂ ਪੈਂਦਾ ਹੈਗਾ। ਨਾ ਉਹ ਵੀ ਠੀਕ ਆ, ਉਹ ਨਹੀਂ ਹੈਗਾ, ਪਹਾੜੀ ਇਲਾਕਾ ਤਾਂ ਹੈ ਨਹੀਂ ਗਾ ਵੀ ਕੋਈ ਟੈਨਸ਼ਨ ਦੀ ਗੱਲ ਹੋਵੇ। ਸਹੀ ਹੁੰਦਾ ਤੇ ਇਸ ਵਾਰੀ ਨਹੀਂ ਫਿਰ ਡੈਜ਼ਰਟ 'ਚ ਕਰ ਰਹੇ ਕੰਪੀਟ? ਉਹ ਸੱਚ ਪਹਿਲਾਂ ਤਾਂ ਐਂ ਦੱਸੋ ਯਾਰ, ਮੈਨੂੰ ਹੁਣ ਤੱਕ ਇਹੀ ਕਨਫਿਊਜ਼ਨ ਚੱਲੀ ਜਾਂਦੀ ਹੈ ਵੀ ਕਿਹੜੀਆਂ ਕਿਹੜੀਆਂ ਜਿੱਤੀਆਂ ਤੁਸੀਂ ਰੇਸ ਰਲੀਆਂ? ਮੈਂ ਡੈਜ਼ਰਟ ਸਟੋਰਮ ਵਿਨਰ ਹਾਂ 2007 ਦਾ। ਅੱਛਾ ਜੀ। ਸਜੋਬਾ ਵਿਨਰ ਹਾਂ 2007 ਦਾ। ਹਾਂ, ਨੈਸ਼ਨਲ ਚੈਂਪੀਅਨ ਹੈਗਾ 2006 ਦਾ। ਅੱਛਾ ਜੀ, ਇੰਟਰਨੈਸ਼ਨਲ ਰਲੀ ਚੈਂਪੀਅਨ ਜਿਪਸੀ ਕੱਪ 'ਚ। ਜਿਪਸੀ ਭਜਾਉਂਦੇ ਹੋ ਨਾ? ਹਾਂ ਜੀ। ਪਰ ਸਵਿਫਟ ਵੀ ਤਾਂ ਕੰਪੀਟ, ਤੁਸੀਂ ਸਵਿਫਟ ਨਹੀਂ, ਸਵਿਫਟ 'ਚ ਨਹੀਂ ਕੰਪੀਟ ਕੀਤਾ? ਸਵਿਫਟ 'ਚ ਮੈਂ ਸੋਲਨ ਆਟੋਕ੍ਰੋਸ ਜਿੱਤਿਆ ਸੀਗਾ। ਅੱਛਾ, ਉਹ ਫਸਟ ਟਾਈਮ ਸੀ, ਮਤਲਬ ਜਦੋਂ ਅਸੀਂ ਪਲਾਨ ਕੀਤਾ ਕਿ ਸਵਿਫਟ 'ਤੇ ਮੇਰਾ ਗਰਾਊਂਡ ਕਲੀਅਰੈਂਸ ਜ਼ਿਆਦਾ ਵਧੀਆ ਚੱਲ ਸਕਦੀ ਹੈ, ਸੋ ਉਹ ਤਾਂ ਇੱਕ ਟੈਸਟ ਬੇਸ 'ਤੇ ਕੀਤਾ ਸੀ। ਉਹ ਤੋਂ ਬਾਅਦ ਮਤਲਬ 2 ਸਵਿਫਟ ਮੈਂ ਆਲਰੇਡੀ ਲੋਕਾਂ ਲਈ ਵੀ ਬਣਾ ਚੁੱਕਿਆ, ਫੁੱਲੀ ਰੈਲੀ ਪ੍ਰਪੇਅਰਡ। ਨਹੀਂ, ਲੋਕਾਂ ਵਾਲੇ ਲਈ ਮਤਲਬ? ਮਤਲਬ ਜਿਹੜੇ ਨਿਊ ਕਮਰਸ ਨੇ, ਜਿਵੇਂ ਕੋਈ ਕੋਈ ਕਹਿੰਦਾ ਕਿ ਜੀ ਮੈਂ ਸਵਿਫਟ 'ਤੇ ਰੈਲੀ ਕਰਨੀ ਹੈ, ਬਿਕੋਜ਼ ਜਦੋਂ ਤੁਸੀਂ ਰੈਲੀ ਲਈ ਜਾਂਦੇ ਹੋ ਤਾਂ ਉਹਦੇ 'ਚ ਰੋਲ ਕੇਜ ਬਣਦਾ ਹੈ। ਹਾਂ, ਉਹ ਤੁਸੀਂ ਸਟਰੈਂਥਨਿੰਗ ਹੁੰਦੀ ਹੈ, ਸਾਰਾ ਕੁਝ, ਮਤਲਬ ਨੋਰਮਲ ਸੀਟ ਦੀ ਜਗ੍ਹਾ 'ਤੇ ਰੈਲੀ ਸੀਟ ਆ ਜਾਂਦੀ ਹੈ। ਨਹੀਂ ਤੇ ਉਹ ਤਾਂ ਚਲੋ ਸਮਝ ਗਿਆ ਮੈਂ, ਪਰ ਗੱਲ ਇਹ ਮਤਲਬ ਉਹ ਲੋਕਾਂ ਵਾਸਤੇ ਮਤਲਬ ਫਿਰ ਤੁਹਾਨੂੰ ਪੇ ਕਰਕੇ? ਹਾਂ, ਉਹ ਪੇ ਕਰਦੇ ਨੇ ਜੀ, ਉਹ ਐਕਚੁਅਲੀ ਜੇ ਰੈਂਟ 'ਤੇ ਮਿਲਦੀ ਹੈ ਗੱਡੀ? ਰੈਂਟ 'ਤੇ ਨਹੀਂ, ਤੁਸੀਂ 2 ਨਵੀਂ ਕਾਰ ਖਰੀਦ ਕੇ ਭੇਜਦੇ ਨੇ। ਅੱਛਾ, ਉਹ ਤੋਂ ਬਾਅਦ ਉਹਨਾਂ ਲਈ ਹੋਈ ਗੱਡੀ ਰੈਡੀ। ਅੱਛਾ, ਖੁੱਲ੍ਹਿਆ ਨਹੀਂ। ਉਹ ਤੋਂ ਬਾਅਦ ਇਹ ਹੁੰਦਾ ਕਿ ਜੇ ਆਪਾਂ ਸਾਊਥ ਤੋਂ ਗੱਡੀ ਤਿਆਰ ਕਰਾਉਂਦੇ ਹਾਂ ਤਾਂ ਮਿਨੀਮਮ 1.5-2 ਲੱਖ ਰੁਪਏ ਦਾ ਖਰਚਾ। ਉਰੇ ਹੈਗਾ ਕਿ ਜਿਹੜਾ ਅਸੀਂ ਕਰਾ ਲੈਂਦੇ ਹਾਂ ਲੋਕਲ ਮਕੈਨਿਕਸ ਤੋਂ ਕਰਾ ਲੈਂਦੇ ਹਾਂ, ਸਾਈ ਮਾਰਕੀਟ ਪਟਿਆਲੇ, ਸਾਈ ਮਾਰਕੀਟ ਪਟਿਆਲਾ, ਇਹ ਲੋਕ ਬਸ ਉਹੀ ਆਪਾਂ ਵੀ ਉੱਥੇ ਮਿਲੇ ਸੀ ਹਨਾ, ਸਾਈ ਮਾਰਕੀਟ ਹੀ ਮਿਲੇ ਸੀ, ਆ ਜੀਪ ਕਰਕੇ ਮਿਲੇ ਸੀ ਆਪਾਂ ਤੇ। ਇਹ ਤਾਂ ਬੜੀ ਪੁਰਾਣੀ ਲੱਗਦੀ ਹੈ ਮੈਨੂੰ। ਇਹ ਜੀ ਆਪਣੀ ਫਸਟ ਹੈਗੀ ਹੈ, ਜਿਹਦੇ ਤੋਂ ਫਸਟ ਟਾਈਮ ਰੈਲੀ ਕੀਤੀ ਸੀ ਨਾ 2000, ਇਹ 2000 ਕਿਹੜੇ ਸਾਂਝ ਕੀਤੀ ਸੀ ਉਹ ਤੋਂ ਪਹਿਲੀ ਵਾਰੀ? 2000 ਚ ਕੀਤੀ ਸੀ, 2000 ਚ। ਅਰੁਣਾਚਲ ਰੈਲੀ ਲਾਸਟ ਪਾਰਟੀਸੀਪੇਸ਼ਨ ਸੀ ਇਹਦੀ? ਹਾਂਜੀ ਹਾਂਜੀ, ਦੇਸੀ ਗੱਡੀ ਹੈ ਨਾ, ਦੱਸ ਕੌਣ ਕਹਿ ਦੇਵੇ ਵੀ ਇੱਥੇ ਖੇਤ 'ਚ ਗੱਡੀ ਖੜੀ ਹੋ। ਮੈਂ ਦੇਖੋ ਜੀ, ਭਾਂਡੇ ਵੀ ਪਏ ਵਿੱਚ, ਖਾਣ ਪੀਣ ਦਾ ਸਮਾਨ ਵੀ ਰੈਲੀ ਡਰਾਈਵਰ ਨੂੰ ਨਾਲ ਹੀ ਲੈ ਕੇ ਆਉਣਾ ਪੈਂਦਾ, ਜਿੱਤਣ ਤਿਆਗ ਮਿਲਦੇ ਆ, ਤਸਤਰੀਆਂ ਹੀ ਆ। ਸਹੀ ਆ, ਖੁੱਲੀ ਆ ਬਾਈ ਗੱਡੀ? ਹਾਂਜੀ ਹਾਂਜੀ, ਉਧਰੋਂ ਉਧਰੋਂ ਖੁੱਲੀ ਹੋਣੀ ਆ। ਸੀਟਾਂ ਸੁੱਟਾਂ ਵੀ ਰਿਮੂਵ ਕਰਤੀਆਂ ਦੀਆਂ? ਰਿਮੂਵ ਕੀਤੀਆਂ ਨੇ ਜੀ, ਇਹਦੀਆਂ ਫਰਨਿਸ਼ਿੰਗ ਵਾਸਤੇ ਦਿੱਤੀਆਂ ਨੇ। ਅੱਛਾ, ਨਿਊ ਨਵੇਂ ਕਬਜ਼ ਵਗੈਰਾ ਆ ਜਾਣਗੇ ਫੇਰ ਤਿਆਰ ਕਰਾ ਰਹੇ ਹੋ? ਇਹਨੂੰ ਵੈਸੇ ਹੀ ਅਪਗ੍ਰੇਡ ਹੋ ਕੇ ਥੋੜੀ ਜਿਹੀ ਸੋਹਣੀ ਲੱਗੂਗੀ। ਅੱਛਾ, ਇਹ ਫਿਰ ਪਾਰਟਿਸਿਪੇਟ ਤਾਂ ਨਹੀਂ ਕਰਦੀ ਹੁਣ ਗੱਡੀ? ਨਹੀਂ, ਹੁਣ ਇਹਦੇ ਤਾਂ ਨਹੀਂ ਕਰਦੇ ਜੀ। ਰੋਲ ਕੇ ਜਵਾਰ ਆ ਜੀ ਇਹਦਾ, ਇਹਦੇ ਜੀਪੀਐਸ ਵਗੈਰਾ ਵੀ ਲੱਗਿਆ ਹੁੰਦਾ ਨਾ? ਹਾਂਜੀ, ਜੀਪੀਐਸ ਲੱਗਿਆ ਹੁੰਦਾ, ਬਟ ਰਿਮੂਵ ਕੀਤੇ ਨੇ ਸਭ ਕੁਝ, ਰਿਮੂਵ ਕੀਤਾ। ਉਹ ਤਾਂ ਹੋ ਗੱਡੀ 'ਚ ਯੂਜ਼ ਹੋ ਗਿਆ ਉਹ। ਹਾਂਜੀ, ਦੂਜਾ ਯੂਜ਼ ਹੋ ਗਿਆ। ਇੰਜਨ ਇਹਦਾ ਰਿਮੂਵ ਕਰਤਾ ਇੰਜਨ ਕਿ ਹੈਗਾ? ਇਹ ਗੱਡੀ ਸੀ ਜਿਹੜੀ ਅਸੀਂ ਪਾਵਰ ਸਟੀਅਰਿੰਗ ਟ੍ਰਾਈ ਕੀਤੀ ਸੀ। ਕਿਵੇਂ? ਅਰੁਣਾਚਲ ਰੈਲੀ 'ਚ ਅਸੀਂ ਪਾਵਰ ਸਟੀਅਰਿੰਗ ਯੂਜ਼ ਕੀਤਾ ਸੀ ਪਹਿਲੀ ਵਾਰੀ, ਫਸਟ ਟਾਈਮ। ਅੱਛਾ, ਸੋ ਮਤਲਬ ਵਧੀਆ ਰਿਸਪੌਂਸ ਰਿਹਾ ਤੇ ਥਰਡ ਆਈ ਸੀ ਅਰੁਣਾਚਲ ਰੈਲੀ 'ਚ। ਇਹਦੇ ਆਰ ਪੀ ਐਮ ਵਗੈਰਾ ਵਧਾਏ ਹੁੰਦੇ ਨੇ? ਹਾਂਜੀ, ਇਹਦੇ ਈ ਸੀ ਐਮ ਰੀਮੈਪਡ ਹੁੰਦਾ। ਠੀਕ ਹੈ, ਕੋਈ ਗੱਲ ਨੀ। ਅੱਛਾ, ਡਿਫਰੈਂਟ ਟਾਇਰ ਆ ਨੀ, ਲੋਕਲ ਮਾਰਕੀਟ 'ਚ ਮਿਲ ਜਾਂਦਾ, ਪਰ ਇਹ ਨੀ ਹੁੰਦੇ ਜਿਹੜੇ ਐਮ ਆਰ ਐਫ ਦੇ, ਇਹ ਨੀ ਮਿਲਦੇ। ਬੜਾ ਹਾਰਡ ਟਾਇਰ ਹੁੰਦਾ ਇਹ, ਦੇਖੀ ਸੀ ਪਹਿਲਾਂ, ਪਹਿਲਾਂ ਤਾਂ ਖਾਸ ਹੀ ਭਾਈ ਤੁਹਾਡੇ ਕੋਲੇ ਚੰਡੀਗੜ੍ਹ ਕਣਕ ਵੀ ਇੱਥੇ ਪਈ ਹੈ।
ਇਹ ਬੱਕਟ ਸੀਟਾਂ ਨੇ ਸਹੀ ਹੈ ਜੀ ਸਹੀ ਹੈ।